ਤੁਹਾਡਾ ਤਾਂ ਹੋਇਆ 2011 ਦਾ ਨਾ ਹਾਂਜੀ 11 ਤੇ 6 ਸਾਲ ਹਾਂਜੀ ਅੱਜ ਕਿੰਨਾ weight ਆ ਤੁਹਾਡਾ 80 ਅੱਛਾ ਚਲੋ ਪਹਿਲਾਂ 133 ਹੁੰਦਾ ਸੀ ਨਾ ਹਾਂਜੀ ਸੋ 53 ਕਿਲੋ ਡਾਊਨ ਇੱਥੇ ਹੀ ਸੈੱਟ ਹੈ weight ਹਾਂਜੀ ਵਧੀਆ ਤੋਂ ਘੱਟ ਵੀ ਹੋ ਜਾਂਦਾ ਕਦੇ ਘੱਟ ਜਾਂਦਾ ਪਹਿਲਾਂ ਜਦੋਂ ਭਾਰ ਤੁਹਾਡਾ 133 ਕਿਲੋ ਸੀ ਉਦੋਂ ਕੀ ਕੀ ਪ੍ਰੋਬਲਮ ਸੀਗੀਆਂ ਤੁਹਾਨੂੰ ਉਦੋਂ ਮੈਨੂੰ ਖੜੀ ਵੀ ਨਹੀਂ ਸੀ ਹੋ ਹੁੰਦਾ ਡਾਕਟਰ ਸਾਹਿਬ ਖੜੇ ਨਹੀਂ ਸੀ ਹੋ ਹੁੰਦਾ ਹਾਂ ਅੱਛਾ ਤੇ ਹੁਣ ਕਿਵੇਂ ਹੁਣ ਠੀਕ ਜੇ ਉਹ ਲਾਈਫ ਦਾ ਤੇ ਹੁਣ ਦਾ ਤੁਸੀਂ ਮੁਕਾਬਲਾ ਕਰਦੇ ਹੋ ਲੱਗਦਾ ਹਾਂ ਠੀਕ ਲੱਗਦਾ ਜੇ ਤੁਰਨਾ ਹੋਵੇ ਕਿੰਨਾ ਤੁਰ ਲੈਂਦੇ ਹੋ ਇੱਕ ਤੁਰ ਸਕਦੀ ਹਾਂ ਕਾਫੀ ਅੱਛਾ ਹੁਣ ਕੋਈ ਉਸ ਤਰ੍ਹਾਂ ਨਹੀਂ ਹੈ ਪ੍ਰੋਬਲਮ ਪੌੜੀ ਪੁੜੀ ਚੜ੍ਹਨੀ ਚੜ੍ਹ ਜਾਂਦੇ ਹਾਂ ਚੜ੍ਹ ਦੂੰਗੇ ਘਰ ਦਾ ਕੰਮ ਕਰਦੇ ਹੋ ਹਾਂਜੀ ਅੱਛਾ ਕਦੇ ਇਹ 6 ਸਾਲਾਂ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਉਲਟੀ ਕਿੰਨੀ ਵਾਰ ਆਈ ਹੋਊਗੀ ਤੁਹਾਨੂੰ ਵੋਮਿਟ ਘੱਟੇ ਹੀ ਆਈ ਆ ਨਹੀਂ ਆਈ ਅੱਛਾ ਤੇ ਕਪੈਸਿਟੀ ਕਿੰਨੀ ਕਾ ਦੋ ਹੀ ਫੁਲਕੇ ਜਿੱਦਾਂ ਪਤਲੇ ਪਤਲੇ ਦੋ ਫੁਲਕੇ ਖਾਦੇ ਜਾਂਦੇ ਆ ਉਹਦੇ ਨਾਲ ਦਾਲ ਸਬਜ਼ੀ ਦਹੀਂ ਉਹ ਵੀ ਖਾਣੇ ਦਹੀਂ ਲੱਸੀ ਤੇ ਜ਼ਿਆਦਾ ਰੱਖਿਆ ਕਰੋ ਜ਼ੋਰ ਟੋਟਲ ਕਿੰਨਾ ਹੋ ਜਾਂਦਾ ਥੋੜੀ ਕਿੰਨੇ ਟਾਈਮ ਖਾ ਲੈਂਦੇ ਹੋ ਦਹੀਂ ਦੀ ਜਿੱਦਾਂ ਲੱਸੀ ਬਣਾ ਕੇ ਪੀ ਲੈਂਦੀ ਆ ਕਿਲੋ ਦਹੀਂ ਹੁੰਦਾ ਉਹਦੀ ਸਾਰੇ ਦਿਨ ਚ ਲੱਸੀ ਪੀ ਲੈਂਦੀ ਆ ਬਣਾ ਕੇ ਕਿਲੋ ਦਹੀਂ ਦੀ ਲੱਸੀ ਜਿਹੜਾ ਪੀ ਰਹੇ ਨਾ ਇਹ ਫਿਰ ਕਾਮਯਾਬ ਹੈ ਇਹੀ ਅੱਜ ਇਸ ਬਾਰ ਬਾਰ ਅਸੀਂ ਕਹਿੰਦੇ ਹਾਂ ਵੀ ਇਹ ਜ਼ਰੂਰੀ ਆ ਕਿਉਂਕਿ ਹੁਣ ਇਹਨਾਂ ਦੇ ਦੇਖੋ 6 ਸਾਲ ਹੋ ਗਏ ਆਪਰੇਸ਼ਨ ਨੂੰ ਤੇ ਕਮੀ ਕੋਈ ਨਹੀਂ ਖੂਨ 12.8 ਗ੍ਰਾਮ ਹੈ ਤੇ ਇਹਨਾਂ ਨੇ ਇੰਨਾ 53 ਕਿਲੋ ਭਾਰ ਘਟਾਇਆ ਵੀ ਆ ਫਿਰ ਮੇਨਟੇਨ ਵੀ ਕੀਤਾ ਹੋਇਆ ਤੇ ਮੇਨਲੀ ਇਹਦੇ 'ਚ ਜਿਹੜੀ ਕਿ ਡਾਇਟ ਦਾ ਫਰਕ ਹੈ ਇਹ ਜਿਹੜੀ ਮਿਲਕ ਪ੍ਰੋਡਕਟ ਨੇ ਦਹੀਂ ਲੱਸੀ ਇਹਦੇ 'ਚ ਕੈਲਸ਼ੀਅਮ ਮੈਗਨੀਸ਼ੀਅਮ ਵਾਇਟਮਿਨਸ ਅਤੇ ਪ੍ਰੋਟੀਨ ਸਾਰਾ ਕੁਛ ਹੈ ਇਸ ਲਈ ਫਿਰ ਆਪਾਂ ਹੈਲਦੀ ਰਹਿੰਦੇ ਹਾਂ ਤੇ ਰੋਟੀ ਤੁਸੀਂ 3 ਟਾਈਮ ਖਾਂਦੇ ਹੋ ਕਿ 2 ਟਾਈਮ ਖਾਂਦੇ ਹੋ ਤੇ ਘੱਟੇ ਹੀ ਖਾਂਦੀ ਆ ਨਹੀਂ ਇੰਨੀ ਖਾਂਦੀ ਹਾਂ 3 ਵਾਰੀ ਨਹੀਂ ਖਾਂਦੇ ਦਿਨ ਚ ਦਾਲ ਸਬਜ਼ੀ ਖਾ ਲੈਂਦੇ ਹਾਂ ਜਿਹੜੇ ਜਦੋਂ ਤੁਸੀਂ 3 ਵਾਰ ਖਾਣ ਲੱਗੇ ਸਵੇਰੇ ਦੁਪਹਿਰੇ ਸ਼ਾਮ ਉਹ ਸਭ ਦਾ ਚੰਗਾ ਨਹੀਂ ਹੈ ਆਪਾਂ ਨੂੰ ਆਦਤ ਹੁੰਦੀ ਹੈ ਫੁਲਕਾ ਖਾਣਾ ਦੁਪਹਿਰੇ ਨਹੀਂ ਖਾਣਾ ਚਾਹੀਦਾ ਯਾਨੀ ਮੈਕਸੀਮਮ 2 ਟਾਈਮ ਖਾਓ ਵੈਸੇ ਤਾਂ ਰੋਟੀ ਜਿਹੜੀ ਅੰਨ ਖਾਣਾ ਨਾ 1 ਟਾਈਮ ਹੀ ਬਹੁਤ ਆ ਅੰਨ ਘੱਟ ਖਾਣ ਦੀ ਲੋੜ ਆ ਆਪਾਂ ਨੂੰ ਨਾਰਮਲੀ ਵੈਸੇ ਜਿਵੇਂ ਤੁਸੀਂ ਦੱਸਦੇ ਹੋ ਵੀ 2 ਫੁਲਕੇ ਨਾਲ ਪੇਟ ਭਰ ਜਾਂਦਾ ਇਹੀ ਅਸੀਂ ਦੇਖ ਰਹੇ ਹਾਂ ਜਿਨ੍ਹਾਂ ਨੂੰ 10 ਸਾਲ ਵੀ ਹੋ ਗਏ ਪੇਸ਼ੈਂਟਸ ਨੂੰ ਜਿਵੇਂ ਵੀ ਟਾਈਮ ਨਿਕਲੀ ਜਾਂਦਾ ਇਹ ਫੈਲਦਾ ਘੱਟ ਹੈ ਜਿਹੜਾ ਐਮ ਜੀ ਬੀ ਦੇ ਵਿੱਚ ਕਿਉਂਕਿ ਇਹਦੇ ਆਊਟਲੈਟ ਵਾਈਡ ਆ ਮੂੰਹ ਖੁੱਲ੍ਹਾ ਓਪਰੇਸ਼ਨ ਫੈਲਦਾ ਨਹੀਂ ਬਹੁਤਾ ਮੇਨ ਇਹਦੇ 'ਚ ਟ੍ਰਿਕ ਇਹੀ ਆ ਆਮ ਜਿਹੜੇ ਪੁਰਾਣੇ ਓਪਰੇਸ਼ਨ ਹੁੰਦੇ ਸੀ ਜਿਵੇਂ ਸਲੀਵ ਜਾਂ ਜਿਹੜੇ ਬੈਂਡ ਜੇ 'ਤੇ ਜ਼ਿਆਦਾ ਟਾਈਟ ਕਰਦੇ ਸੀ ਉਹਦੇ 'ਚ ਉਹ ਫਿਰ ਹੌਲੀ ਹੌਲੀ ਉਹ ਫੈਲੀ ਜਾਂਦੀ ਅਤੇ ਜੇ ਹੁਣ ਫੈਲੀ ਜਾਵੇ ਸਰਜਰੀ ਫਿਰ ਪੇਸ਼ੈਂਟ ਜ਼ਿਆਦਾ ਖਾਣ ਲੱਗ ਜੂਗਾ ਇਹਦੇ 'ਚ ਇਹ ਤੁਸੀਂ 2 ਰੋਟੀਆਂ 2 ਵੀ ਨਹੀਂ ਖਾਓਗੇ ਜੇ ਤੁਸੀਂ ਦਹੀਂ ਦੀਆਂ 2 ਕੌਲੀਆਂ ਖਾ ਲਓ ਨਾ ਦਹੀਂ ਦੀਆਂ 2 ਦਾਲ ਦੀਆਂ 2 ਖਾਓ ਥੋੜ੍ਹਾ ਸੈਲਡ ਵੀ ਖਾਓ ਫਿਰ ਤਾਂ 1 ਰੋਟੀ ਨਾਲ ਹੀ ਤੁਹਾਨੂੰ ਇੱਦਾਂ ਲੱਗਦਾ ਬਸ ਠੀਕ ਹੈ ਅੱਛਾ ਜਿਹੜੇ ਵਿਟਾਮਿਨ ਵਗੈਰਾ ਦਿੱਤੇ ਆ ਖਾਂਦੇ ਹੋ ਇਹ ਹਾਂਜੀ ਉਹ ਖਾਂਦੇ